शाहकोट उपचुनाव के नतीजों की घोषणा हो गई है। गौरतलब है कि कांग्रेस के उम्मीदवार हरदेव सिंह लाडी शेरोवालिया शाहकोट के सरदार बन गए हैं। लाडी शेरोवालिया जीत के बाद कांग्रेस पार्टी में जीत का जश्न मना रहे हैं। वहीं दूसरी तरफ कांग्रेसी लाडी शेरोवालिया को जीत की मुबारकबाद दे रहे हैं। कांग्रेस समर्थकों में जश्न का माहौल बना हुआ है। मैं सब तो पहले अपने मुख्यमंत्री कैप्टन अमरिंदर सिंह जी को बधाई देना, ਸਾਡੇ ਸੁਨੀਲ ਜਾਖੜ ਜੀ ਔਰ ਰਾਹੁਲ ਗਾਂਧੀ ਜੀ ਨੂੰ, ਇਹਨਾਂ ਨੇ ਮੇਰੇ 'ਤੇ ਇਹ ਵਿਸ਼ਵਾਸ ਪ੍ਰਗਟ ਕੀਤਾ। ਔਰ ਸਭ ਤੋਂ ਵੱਧ ਵਧਾਈ ਦਿੰਦਾ ਮੈਂ ਸ਼ਾਹਕੋਟ ਦੇ ਲੋਕਾਂ ਨੂੰ, ਜਿਨ੍ਹਾਂ ਦੇ ਪਿਆਰ ਸਦਕਾ ਮੈਂ ਅੱਜ ਐਡਾ ਵੱਡਾ ਮੈਨੂੰ ਮਾਣ ਮਿਲਿਆ। ਦੇਖੋ ਜਿਹੜੀ ਖੁਸ਼ੀ ਆ ਉਹ ਸਾਡੀ ਲੋਕਾਂ ਲਈ ਆ ਨਾ, ਅਤੇ ਉਹ ਖੁਸ਼ੀ ਆ ਜਿਹੜੀ ਉਹ ਕਾਂਗਰਸ ਪਾਰਟੀ ਦਾ ਅੱਜ ਵਰਕਰ ਦਿਲੋਂ ਮਨਾ ਰਿਹਾ, ਅੰਦਰੋਂ ਖੁਸ਼ ਆ ਵੀ ਜੋ ਕੈਪਟਨ ਅਮਰਿੰਦਰ ਸਿੰਘ ਜੀ ਦਾ 1 ਸਾਲ ਦਾ ਕੰਮ ਸੀ, ਜੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਸੀ ਲੋਕਾਂ ਨੇ ਉਹਦੇ ਉੱਤੇ ਮੋਹਰ ਲਾਈ। ਲੋਕਾਂ ਨੇ ਅਕਾਲੀ ਦਲ ਬੀਜੇਪੀ ਜਿਹੜੀਆਂ ਬੜੀਆਂ ਬੜੀਆਂ ਗੱਲਾਂ ਕਰਦੇ ਸੀ, ਬੜੇ ਬੜੇ ਵਾਅਦੇ ਕਰਦੇ ਸੀ, ਉਹ ਲੋਕ ਸਮਝ ਚੁੱਕੇ ਆ ਨਾ 15 ਲੱਖ ਆਉਣਾ, ਨਾ 2 ਕਰੋੜ ਨੌਕਰੀਆਂ ਮਿਲਣੀਆਂ, ਨਾ 1 ਕਰੋੜ ਘਰ ਮਿਲਣਾ ਹੈ, ਅਤੇ ਨਾ ਹੀ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ 50% ਜਿਹੜਾ ਕਿਹਾ ਸੀਗਾ ਵੀ ਅਸੀਂ ਪ੍ਰੋਫਿਟ ਕਿਸਾਨ ਨੂੰ ਦੇਵਾਂਗੇ, ਨਾ ਉਹ ਆਉਣਾ ਹੈ। ਦੇਖੋ ਜਿਹੜੀ ਅੱਜ ਦੀ ਜਿਹੜੀ ਜਿੱਤ ਹੋਈ ਆ, ਇਹ ਕੇਂਦਰ ਸਰਕਾਰ ਔਰ ਜਿਹੜੀ ਪਿਛਲੀ ਅਕਾਲੀ ਭਾਜਪਾ ਸਰਕਾਰ ਇਹਦੀਆਂ ਗਲਤ ਨੀਤੀਆਂ ਦੇ ਕਾਰਨ ਜਿਹੜੀ ਆ ਇਹ ਜਿੱਤ ਪ੍ਰਾਪਤ ਹੋਈ ਆ। ਸ਼ਾਹਕੋਟ 'ਚ ਜਿਹੜਾ ਸਾਡਾ ਕੈਂਡੀਡੇਟ ਸੀਗਾ ਲਾਡੀ ਸ਼ੇਰੋਵਾਲੀਆ, ਉਹਨੇ ਬਹੁਤ ਉੱਥੇ ਕੰਮ ਕਰਾਏ ਹੋਏ ਸੀ, ਬਹੁਤ ਮਿਹਨਤ ਕੀਤੀ ਸੀਗੀ। ਔਰ ਜਿਹੜਾ ਕੁਹਾੜ ਪਰਿਵਾਰ ਹੈ ਇਹਨਾਂ ਨੇ ਲੋਕਾਂ ਨਾਲ ਬਹੁਤ ਧੱਕੇ ਕੀਤੇ ਸੀ, ਉਹਦਾ ਲੋਕਾਂ ਨੇ ਜਵਾਬ ਦਿੱਤਾ। ਔਰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕਿਸਾਨਾਂ ਨੂੰ ਕਰਜ਼ਿਆਂ ਦੇ ਚੈੱਕ ਵੰਡੇ ਆ, ਕਰਜ਼ਾ ਮਾਫੀ ਦੇ, ਉਹਦਾ ਵੀ ਅਸਰ ਇਹਦੇ ਉੱਤੇ ਹੋਇਆ। ਔਰ ਜੋ ਲਾਡੀ ਸ਼ੇਰੋਵਾਲੀਆ ਨੇ ਉੱਥੇ ਕੰਮ ਕੀਤਾ, ਸੰਦੀਪ ਸੰਧੂ ਜੀ ਨੇ ਉੱਥੇ ਆਪਣੀ ਕਮਾਨ ਸੰਭਾਲੀ ਸਾਰੀ, ਉਹਦੇ ਸਦਕਾ ਸਾਡੇ ਲੁਧਿਆਣੇ ਤੋਂ MP ਰਵਨੀਤ ਬਿੱਟੂ ਜੀ, ਭਾਰਤ ਸਿੰਘ ਆਸ਼ੂ ਜੀ, ਸਾਰੀ ਟੀਮ ਨੇ, ਔਰ ਉੱਥੇ ਜੋ ਮਤਲਬ ਮੇਨ ਲੋਕਾਂ ਦੇ ਵਿੱਚ ਇੱਕ ਤਾਂ ਮਿਹਨਤ ਕੀਤੀ ਸਾਡੇ ਸਾਰੇ ਵਰਕਰਾਂ ਨੇ, ਦੂਜੀ ਜਿਹੜੀ ਲੋਕਾਂ ਨੇ ਉੱਥੇ ਉਹਦਾ ਜਵਾਬ ਦਿੱਤਾ, ਉਹਨੂੰ ਜਿਹੜਾ ਕੁਹਾੜ ਦੀਆਂ ਧੱਕੇ ਛਾਈਆਂ ਸੀਗੀਆਂ।